ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਾਂ ਹਰਕੀਤ ਕੌਰ। ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੋਰਨਿੰਗ ਦਾ ਟਾਈਮ ਆ ਜੀ, ਆਪਾਂ ਨੇ ਸਾਰੇ ਕੰਮ ਕਰ ਲਏ ਨੇਗੇ। 7:30 ਹੋ ਗਏ ਮੋਰਨਿੰਗ ਦੇ, ਸਾਫ਼ ਸਫਾਈਆਂ ਦੇ ਕੰਮ ਕਰ ਲਏ ਨੇ ਅਤੇ ਸਰਦਾਰ ਜੀ ਮੱਝਾਂ ਨਵਾ ਰਹੇ ਨੇਗੇ। ਕੱਲੀ ਰਸੋਈ ਸਾਫ਼ ਰਹੇਗੀ, ਇਹ ਆਪਾਂ ਜਦੋਂ ਖਾਣ ਪੀਣ ਦਾ ਕੰਮ ਨਿਬੜ ਜਾਣਾ ਸਾਰਾ, ਉਰੋਂ ਚੰਗੀ ਤਰ੍ਹਾਂ ਕਰ ਲੈਣੇ, ਫਿਰ ਮੋਟੀ ਮੋਟੀ ਸਫਾਈ ਕਰਕੇ ਆਪਾਂ ਬਣਾਉਣੇ ਆ ਰੋਟੀ। ਅੱਜ ਆਪਾਂ ਸਵੇਰ ਦੇ ਬਣਾਵਾਂਗੇ ਪਰੌਂਠੇ। ਸਵੇਰੇ ਦਹੀਂ ਨਾਲ ਬੱਚੇ ਕਹਿੰਦੇ ਪਰੌਂਠੇ ਬਣਾਓ, ਪਰੌਂਠੇ ਬਣਾਵਾਂਗੇ ਆਪਾਂ ਜੀ ਤਰਬੂਜ ਵਾਲੇ। ਤਰਬੂਜ ਆ ਜਿਹੜਾ ਸਿਲਕਾ ਅਤੇ ਹਰਾ ਹਰਾ, ਉਹ ਉੱਤੋਂ ਲਾਹ ਤਾ, ਜਿਹੜਾ ਰੈੱਡ ਤਰਬੂਜ ਸੀ ਉਹ ਆਪਾਂ ਨੇ ਬੱਚਿਆਂ ਨੇ ਖਾ ਲਿਆ ਗਾ, ਅਤੇ ਉਹਦੇ ਸਿਲਕਾ ਉੱਤੋਂ ਉੱਤੋਂ ਹਰਾ ਹਰਾ ਮੋਟ ਲਾਹ ਕੇ ਪਤਲਾ ਪਤਲਾ ਵਿੱਚੋਂ ਕੱਦੂਕਸ ਕਰ ਲਿਆ, ਕਿਉਂਕਿ ਲੇਟ ਹੋ ਗਈ, ਕਿਉਂ ਬੀਬੀ ਬਿਮਾਰ ਹੈ ਜੀ। ਫਿਰ ਮੈਥੋਂ ਵੀਡੀਓ 'ਚ ਨਹੀਂ ਕੱਦੂਕਸ ਹੋਇਆ ਤਰਬੂਜ, ਇਹ ਤਰਬੂਜ ਹੈ ਅਤੇ ਇਹ ਮੈਂ ਕੱਦੂਕਸ ਰਾਤ ਕਰਕੇ ਰੱਖ ਲਿਆ ਸੀਗਾ। ਆਲੂ ਵੀ ਜੀ ਰਾਤ ਹੀ ਬਾਲ ਕੇ ਰੱਖ ਲਏ ਸੀਗੇ, ਕਿਉਂਕਿ ਫਿਰ ਗਰਮ ਆਲੂ ਪਾਉਣੇ ਆ ਜਦੋਂ ਆਪਾਂ ਪਰੌਂਠੇ ਵਧੀਆ ਨਹੀਂ ਬਣਦੇ, ਆਲੂ ਠੰਡੇ ਹੀ ਚਾਹੀਦੇ ਨੇਗੇ। ਜਾਂ ਸੁਨੇਹਾ ਬਾਲ ਲਓ ਜਾਂ ਹੱਥ ਨੇ ਬਾਲ ਕੇ ਰੱਖ ਲਓ, ਅਤੇ ਆਲੂ ਆਪਾਂ ਸੇਲਦੇ ਹਾਂ। ਵਿੱਚ ਪਾਵਾਂਗੇ ਆਪਾਂ ਆਲੂ, ਆਲੂ ਦੇ ਤਰਬੂਜ ਵਾਲੇ ਪਰੌਂਠੇ ਬਣਾਵਾਂਗੇ ਦਹੀਂ ਨਾਲ, ਅਤੇ ਇਹਦੇ ਵਿੱਚ ਜਿਹੜਾ ਸਮਾਨ ਪਾਵਾਂਗੇ ਤੁਹਾਨੂੰ ਫਿਰ ਦਿਖਾਉਣੇ ਆਂਗੇ। ਆਪਾਂ ਆਲੂ ਸਿੱਲ ਲਈਏ, ਕੱਦੂਕਸ ਕਰ ਲਈਏ। ਮੈਨੂੰ ਬਹੁਤ ਔਖਾ ਹੋਇਆ ਪਿਆ, ਬੀਬੀ ਹੋਈ ਪਈ ਬਿਮਾਰ ਸਾਡੀ, ਕਿਉਂਕਿ ਨਹੀਂ ਉਹ ਮੇਰੇ ਨਾਲ ਕੰਮ ਕਰਾ ਦਿੰਦੇ ਸਵੇਰੇ ਸਵੇਰੇ। ਲਓ ਜੀ ਆਪਾਂ ਆਲੂ ਸਿੱਲ ਲਏ ਨੇ, ਆਲੂ ਆਪਾਂ ਕੱਦੂਕਸ ਕਰਾਂਗੇ। ਵਾਲੇ ਹੋਏ ਆਲੂ ਨੇਗੇ ਇਹ ਜੀ। ਆਪਾਂ ਤੁਹਾਨੂੰ ਕਈ ਤਰ੍ਹਾਂ ਦੇ ਪਰੌਂਠੇ ਦਿਖਾਵਾਂਗੇ, ਵੀ ਕਈ ਤਰ੍ਹਾਂ ਦੇ ਬਣਾ ਲੈਂਦੇ ਹੁੰਦੇ ਹਾਂ, ਅਤੇ ਵਿੱਚ ਆਟੇ ਦੇ ਗੁੰਨ ਕੇ ਵੀ ਬਣ ਜਾਂਦੇ ਨੇ, ਵਿੱਚ ਭਰ ਕੇ ਵੀ ਬਣ ਜਾਂਦੇ ਨੇ, ਚੌਰਸ ਵੀ ਬਣ ਜਾਂਦੇ ਨੇ, ਤਿੰਨ ਖੂੰਜੇ ਵੀ ਬਣ ਜਾਂਦੇ ਨੇ। ਤੁਹਾਨੂੰ ਦਿਖਾਵਾਂਗੇ ਬਣਾ ਬਣਾ ਕੇ। ਪਲੀਜ਼ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਐਂਡ ਤੱਕ ਜ਼ਰੂਰ ਦੇਖਣਾ। ਆਹ ਜਿਹੜਾ ਤਰਬੂਜ ਹੈ ਜੀ, ਇਹਨੂੰ ਆਪਾਂ ਕੱਪੜੇ ਦੇ ਵਿੱਚ ਪਾ ਕੇ ਐਵੇਂ ਇਹਦਾ ਪਾਣੀ ਕੱਢ ਲਵਾਂਗੇ। ਦੇਖੋ ਕਿੰਨਾ ਪਾਣੀ ਨਿਕਲ ਗਿਆ, ਇਹ ਨਹੀਂ ਵੀ ਪਰੌਂਠੇ ਵਧੀਆ ਨਹੀਂ ਬਣਦੇ। ਤਰਬੂਜ ਦਾ ਪਾਣੀ ਇਸ ਤਰ੍ਹਾਂ ਸਾਰਾ ਕੱਢ ਦੇਣਾ, ਫਿਰ ਆਪਣੇ ਪਰੌਂਠੇ ਵਧੀਆ ਨਹੀਂ ਬਣਦੇ। ਆਲੂ 'ਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈਗਾ, ਇਕੱਲੇ ਤਰਬੂਜ ਵਾਲੇ ਵੀ ਵਧੀਆ ਬਣ ਜਾਂਦੇ ਨੇ। ਬੱਚੇ ਕਹਿੰਦੇ ਵਿੱਚ ਆਲੂ ਪਾਓ, ਆਹ ਹੈਗਾ ਬਰੀਕ ਕੱਟਿਆ ਹੋਇਆ ਪਿਆਜ਼ ਅਤੇ ਹਰੀ ਮਿਰਚ, ਗਰੈਂਡ ਕਰਕੇ ਵੀ ਪਾ ਸਕਦੇ ਹਾਂ, ਬਰੀਕ ਕੱਟ ਕੇ ਵੀ ਪਾ ਸਕਦੇ ਹਾਂ ਆਪਾਂ ਬਰੀਕ ਕੱਟਿਆ ਹੋਇਆ। ਗੁਰਮਨਜੋਤ ਆਪਰ ਤੋਂ ਭਾਂਡੇ ਧਰ ਕੇ ਆ ਉੱਧਰ। ਲਓ ਜੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ, ਉਹ ਭੈਣ ਉੱਧਰ ਪੁੱਤ। ਲਓ ਜੀ ਇਹਦੇ ਵਿੱਚ ਪਾਵਾਂਗੇ ਪੱਤਾ ਨਹੀਂ ਜੀਰਾ, ਲੂਣ, ਮਿਰਚ, ਥੋੜ੍ਹਾ ਜਿਹਾ ਮਸਾਲਾ, ਬਾਹਲਾ ਨਹੀਂ ਥੋੜ੍ਹਾ, ਬਾਹਲਾ ਮਸਾਲਾ ਤਾਂ ਜ਼ਿਆਦਾ ਵਧਾ ਹੁੰਦਾ, ਇਹਦੇ ਵਿੱਚ ਆਪਾਂ ਹਲਦੀ ਨਹੀਂ ਪਾਉਂਦੇ। ਫਿਰ ਆਪਾਂ ਰਲਾ ਲੈਣੇ ਹੁਣ ਇਹਨੂੰ ਚੰਗੀ ਤਰ੍ਹਾਂ। ਗੁਰਮਨ ਤਵਾ ਵੀ ਧੋ ਲਿਆ ਪੁੱਤਰ। ਲਓ ਜੀ ਚੰਗੀ ਤਰ੍ਹਾਂ ਰਲ ਗਿਆ, ਆਹ ਫਿਰ ਪਹਿਲਾ ਤਰੀਕਾ ਦੱਸ ਦਿਆ ਤੁਹਾਨੂੰ। ਪਹਿਲਾ ਤਰੀਕਾ ਥੋੜ੍ਹੇ ਜਿਹੇ ਨਾ ਮੋਟੇ ਬਣਦੇ ਨੇ, ਥੋੜ੍ਹੇ ਜਿਹੇ ਪੇੜਾ ਹੋਰ ਲੈ ਲੈਣੇ।
ये पहला तरीका सुन, चार तीन तरीके दसांगे। चार इधरों साइड छड़ देनी है, इधरों साइड छड़ देनी है, इधरों साइड चार सपेरों साइड छड़ देनी है जी। धर दे पुत्र, इहदे उत्ते थोड़ा जिहा आपां चुंडी कसूर घाटा लै लैणा, बाला नहीं थोड़ा जिहा। इहनूं इधरों आए मोड़ांगे, इधरों आए मोड़ांगे, तो इधरों मोड़ांगे, भोले भोले हाथ न दे गुरमना देसी घ्यो कड कड़ती करता ही नहीं, लड़ती हूँ बड़ा। लो जी एक परौंठा बन गया अपना, तरबूज वाले परौंठे हूण करारे। इधर जे कर लै पुत, गुरमन तो लग गई है खान, भुख लगी है कहीं पुछ ला के हटियां, घ्यो लग गया पासा पास देना। गर्मा गर्म परौंठे दही नाल, जदों गुरमन ने खा लिया रोटी खा ली परौंठे, उस बाद तू खा ली जा, ते डैडी कित्थे ने उन्हां नूं बोल मार दांगे गर्म गर्म खा लांगे बाहर आ के। नमा आती है मज्जा। साबे दे विच तरी जाने नाल हुंदे होणा धर लिया आपां साबे च, जे आपां गर्म गर्म जी ना डब्बे दे विच ही बंद कर दाणे आ ਉਹ ਨਾ ਫਿਰ ਗਿੱਲੇ ਜਿਹੇ ਹੋ ਜਾਂਦੇ ਨੇ ਮਾੜੇ ਜਿਹੇ, ਹਵਾ ਜੀ ਕੱਢ ਕੇ ਡੱਬੇ 'ਚ ਧਰਨੇ ਚਾਹੀਦੇ ਨੇ। ਹੁਣ ਤਾਂ ਭੈਣਾਂ ਸਾਬੇ ਭੁੱਲ ਹੀ ਗਈਆਂ, ਅਤੇ ਮੈਨੂੰ ਵੀ ਕਦੇ ਕਦੇ ਅਸੀਂ ਡੱਬੇ 'ਚ ਧਰ ਲੈਂਦੇ ਜੀ, ਅਤੇ ਪਹਿਲਾਂ ਆਪਾਂ ਨੂੰ ਰੋਟੀਆਂ ਸਾਬੇ 'ਚ ਧਰਨੀ ਚਾਹੀਦੀ ਹੈ ਜੀ। ਦੇਸੀ ਘਿਓ ਵਾਲੇ ਪਰੌਂਠੇ ਮੈਂ ਤਾਂ ਮੈਂ ਜਾਣ ਮਾੜੀ ਜਿਹੀ ਪਾਈ ਸੀ,
ਰੋਜੀ ਆ ਇੱਕ ਹੋਰ ਤਰੀਕਾ ਦੋ ਤਰੀਕੇ ਤੁਹਾਨੂੰ ਦੱਸ ਦਿੱਤੇ ਨੇ ਇਹ ਤੀਜਾ ਤਰੀਕਾ ਥੋੜ੍ਹਾ ਥੋੜ੍ਹਾ ਸੁੱਕਾ ਆਟਾ ਪਾਵਾਂਗੇ ਇੱਥੇ ਫਿਰ ਥੋੜ੍ਹਾ ਦੋ ਦੋ ਬੂੰਦਾ ਘਿਓ ਦੇ एक तरीका है मैं बस इन लाड़ लवानी ऐसे तरीके बनावे सारे मेथ रोटी घट पतली वेली गई है ता ही मोटा पेड़ा लेता ये ता मैं थोड़ा जहा बधाया घट है पतला से पेड़ा बस कोले हाथ बेल ले ਸਾਰੇ ਪੱਟਦੇ ਹਾਂ ਸਭ ਦੇ ਲੌਂਗਵਾਲੇ ਨੇ ਰਾਤ ਬੈ ਕੇ ਕੱਟਿਆ ਦੋਗਾਲੇ ਸੰਗਤ ਨੇ ਲੌਂਗਵਾਲੇ ਸੰਗਤ ਇਹਨਾਂ ਕੋਲ ਤਾਂ ਪੱਕਾ ਪਾਇਆ ਕਰਕੇ ਸਰ ਗਿਆ ਇਹਨਾਂ ਨੂੰ ਉਹ ਵੀ ਭੇਜ ਗਿਆ ਨਾ ਟਰਾਲੀ ਜੀ ਬੜੇ ਕਹਿੰਦਾ ਇਹਨਾਂ ਕੋਲ ਟਰਾਲੀਆਂ ਨਹੀਂ ਫਿਰ ਇਹਨਾਂ ਕੋਲ ਆ ਗਏ ਹੁਣ ਪਾਪੂਰਾਂ ਕੋਲ ਲੌਂਗਵਾਲੇ ਹਨਾ ਹੋਰ ਕਿੱਥੇ ਬਚਿਆ ਰਹਿਣ ਬਿਪਤਾ ਸੀੜੀਆਂ ਜਦ ਪਤਾ ਨਹੀਂ ਕਿੱਥੇ ਖੜਾ ਤੇ ਬੁਆ ਮੋਰਦੀ ਜਾਂ ਕਿਸਾਨਾਂ ਨੇ मैं डरती घट पाने लून तुम घट खाने नीच सब्जी भी पाई ज्यादा पता ही नहीं जो सब्जी लेनी है लो जी अपनी रोटी है जी परौंठे आप बना लेते हैं आ पांच सत्त आप रोटियां बना लिया वधिया ला देना जी परौंठे बीबी खाऊगी रोटी बीमार करके परौंठा नहीं खाती सड़िया हुआ तो आप जी वीडियो का भी एंड इत कर दें मिलते हैं किसी होर नवी वीडियो वाहिगुरु जी का खालसा श्री वाहिगुरु जी की फतेह।